ਟਰੈਵਲਿੰਗ ਕਰਨ ਦਾ ਹਮੇਸ਼ਾ ਮਜ਼ਾ ਹੁੰਦਾ ਆਈ ਲਵ ਟਰੈਵਲਿੰਗ ਟਰੈਵਲਿੰਗ ਕਰਦੇ ਕਰਦੇ ਤੁਸੀਂ ਬਹੁਤ ਕੁਛ ਸਿੱਖਦੇ ਹੋ ਬਿਕੋਜ਼ ਦੈਟ ਟਾਈਮ ਤੁਸੀਂ ਡਿਸਕਨੈਕਟ ਹੁੰਦੇ ਹੋ ਵਰਲਡ ਤੋਂ ਆਪਣਿਆਂ ਤੋਂ ਆਪਣੇ ਕੰਮ ਕਾਰੋਬਾਰ ਤੋਂ ਔਰ ਆਈ ਲਵ ਰਾਈਡਿੰਗ ਸੋ ਬੁਲਟ ਮੇਰੀ ਫੇਵਰੇਟ ਬਾਈਕ ਹੈ ਸੋ ਮੈਨੂੰ ਮਜ਼ਾ ਆਉਂਦਾ ਜਦੋਂ ਟਰੈਵਲ ਕਰਦਾ ਔਰ ਇਸ ਵਾਰ ਮੌਕਾ ਮਿਲਿਆ ਬਹੁਤ ਸਾਰੇ ਇੰਡੀਆ ਦੇ ਰਾਈਡਰਸ ਨਾਲ ਰਾਈਡ ਕਰਨ ਦਾ ਜਿਹੜੇ ਬਹੁਤ ਜ਼ਿਆਦਾ ਫਿਰਤੂ ਹੈ ਐਂਡ ਆਈ ਹੈਡ ਗ੍ਰੇਟ ਐਕਸਪੀਰੀਅੰਸ ਵਿਦ ਦੈਟ ਗਾਇਸ ਸੋ ਫਲੈਗ ਆਫ ਕੀਤਾ ਸੀ ਜੀਰਕਪੁਰ ਤੋਂ ਰਾਤ ਨੂੰ ਔਰ ਤੁਸੀਂ 24 ਆਵਰਸ ਕੰਟੀਨਿਊ ਰਾਈਡ ਕਰ ਰਹੇ ਹੋ ਤੁਹਾਨੂੰ ਬਹੁਤ ਮਜ਼ਾ ਆਉਂਦਾ ਫਿਰ ਸੁਬਹ ਦਿਨ ਹੁੰਦਾ ਦਿਨ ਚੜ੍ਹਦਾ ਸੂਰਜ ਚੜ੍ਹ ਰਿਹਾ ਦਿਖ ਰਿਹਾ ਤੁਹਾਨੂੰ ਅੱਛੇ ਅੱਛੇ ਵਿਊਜ਼ ਮਿਲ ਰਹੇ ਆ ਸੋ ਬੜੀ ਅੱਛੀ ਐਨਰਜੀ ਮਿਲਦੀ ਤੁਹਾਨੂੰ ਕਿ ਯੂ ਆਰ ਲਵਿੰਗ ਨੇਚਰ ਯੂ ਆਰ ਇੰਜੋਇੰਗ ਨੇਚਰ ਔਰ ਵੈਸੇ ਵੀ ਮੈਨੂੰ ਜੜਾ ਪਿਆਰ ਨੇਚਰ ਨਹੀਂ ਹੈ ਕਿਉਂਕਿ ਜਦੋਂ ਮੈਨੂੰ ਟਾਈਮ ਮਿਲਦਾ ਆਈ ਸਪੈਂਡ ਸਮ ਟਾਈਮ ਨੇਚਰ ਚਾਹੇ ਪਹਾੜ ਹੋਣ ਝਰਨੇ ਹੋਣ ਹਰੀਹਾਲੀ ਹੋਏ ਸੋ ਬਹੁਤ ਅੱਛਾ ਟਾਈਮ ਸੀ ਮਜ਼ਾ ਆਇਆ ਕਰਕੇ ਔਰ ਮੈਨੂੰ ਲੱਗਦਾ ਮੇਰੀ ਇੱਕ ਆਤਮਾ ਦੀ ਇੱਕ ਐਨਰਜੀ ਹੈ ਮੇਰਾ ਫੂਡ ਆ ਮੇਰੀ ਆਤਮਾ ਦਾ ਕਿਉਂਕਿ ਇੱਕ ਫੂਡ ਤਾਂ ਉਹ ਹੁੰਦਾ ਜਿਹੜਾ ਤੁਸੀਂ ਖਾਂਦੇ ਹੋ ਆਪਣੀ ਬੋਡੀ ਲਈ ਇੱਕ ਆਤਮਾ ਲਈ ਜਿਹੜਾ ਫੂਡ ਹੁੰਦਾ ਉਹ ਹੁੰਦਾ ਕਿ ਤੁਸੀਂ ਕਿੰਨੇ ਸੈਟਿਸਫਾਈਡ ਹੋ ਇਸ ਦੁਨੀਆ ਤੋਂ ਸੋ ਪਰਮਾਤਮਾ ਦੀ ਇੰਨੀ ਸੋਹਣੀ ਕੁਦਰਤ ਨੂੰ ਦੇਖਦੇ ਹਾਂ ਅੱਖਾਂ ਨਾਲ ਵੇਖਦੇ ਹਾਂ ਪ੍ਰੈਜੈਂਸ ਆਫ ਮਾਇੰਡ ਜਿਹੜੀ ਆ ਬਹੁਤ ਵੱਧ ਜਾਂਦੀ ਹੈ ਸੋ ਜਿਹੜੀ ਅੱਜ ਕੱਲ੍ਹ ਲੋਕਾਂ ਦੀ ਬਹੁਤ ਘੱਟ ਰਹੀ ਹੈ ਅਤੇ ਦੈਟਸ ਵਾਈ ਆਈ ਟਰੈਵਲ ਲੋਟ ਸੋ ਅਸੀਂ ਟਰੈਵਲਿੰਗ ਕਰਦੇ ਹਾਂ ਰਾਈਡਰਸ ਥੱਕਦੇ ਆ ਕਦੇ ਰੁਕ ਕੇ ਅਸੀਂ ਮੈਗੀ ਖਾਂਦੇ ਹਾਂ ਫਿਰ ਕੰਟੀਨਿਊ ਕਰਦੇ ਹਾਂ ਜਦੋਂ ਸਾਨੂੰ ਮੌਕਾ ਲੱਗਦਾ ਕਿ ਹਾਂ ਬਈ ਇਹ ਬਹੁਤ ਅੱਛੀ ਲੋਕੇਸ਼ਨ ਹੈਗੀ ਆ ਸਾਈਡ 'ਤੇ ਝਰਨਾ ਵਗ ਰਿਹਾ ਉੱਚੇ ਉੱਚੇ ਪਹਾੜ ਆ ਅਤੇ ਵੀ ਸਟਾਰਟ ਡਾਂਸਿੰਗ ਅਤੇ ਇੱਕ ਅਜਬੀ ਨਜ਼ਾਰਾ ਸੀ ਗਜਬੀ ਨਜ਼ਾਰਾ ਸੀ ਕਿ ਕੋਈ ਦੁਨੀਆ ਤੋਂ ਦਸੂਰ ਕੋਈ ਲੈਣਾ ਦੇਣਾ ਨਹੀਂ ਜਸਟ ਇੰਜੋਏ ਜਸਟ ਲਿਵ ਯੂਅਰ ਲਾਈਫ ਲਿਵ ਇਨ ਦਾ ਮੋਮੈਂਟ ਬੀਂਗ ਫਿਟ ਐਂਡ ਸਟ੍ਰੀਕਸ ਤੁਹਾਨੂੰ ਲੱਗਦਾ ਕਿ ਜੇ ਤੁਹਾਡੇ ਕੋਲ ਕੋਈ ਗੁਣ ਹੈ ਤਾਂ ਤੁਹਾਨੂੰ ਸ਼ੇਅਰ ਕਰਨਾ ਚਾਹੀਦਾ ਤੋ ਉਸੇ ਟੀਮ ਨਾਲ ਆਈ ਸ਼ੇਅਰ ਸਮ ਟਿਪਸ ਔਫ ਫਿਟਨੈਸ ਐਂਡ ਮੈਨੂੰ ਬਹੁਤ ਪਸੰਦ ਕੀਤਾ ਕਿ ਕੀ ਇੰਪੋਰਟੈਂਸ ਆ ਫਿਟਨੈਸ ਦੀ ਜੇ ਦੇਖਿਆ ਜਾਵੇ ਤਾਂ ਸਾਇੰਸ ਬੋਲਦੀ ਆ ਕਿ ਜੇ ਤੁਸੀਂ ਵਿਦਾਊਟ ਐਕਸਰਸਾਈਜ਼ ਇਨ ਐਨੀ ਔਫ ਫਾਰਮ ਆਫ ਐਕਸਰਸਾਈਜ਼ ਲਾਈਕ ਵਾਕਿੰਗ ਰਨਿੰਗ ਜੋਗਿੰਗ ਜੇ ਤੁਸੀਂ ਇਸ ਤੋਂ ਬਿਨਾਂ ਰਹਿ ਰਹੇ ਹੋ ਤਿੰਨ ਰਹਿ ਲੈਂਦੇ ਹੋ ਯੂ ਆਰ ਨੋਟ ਲਿਵਿੰਗ ਐਨ ਮੋਰ ਤੋ ਉਹ ਬੜਾ ਅੱਛਾ ਸੀ ਸਾਈਡ 'ਤੇ ਨਦੀ ਵਗ ਰਹੀ ਆ ਇੱਕ ਸਾਈਡ 'ਤੇ ਤੁਸੀਂ ਬਿਠਾ ਕੇ ਉਹਨਾਂ ਨੂੰ ਟਿਪਸ ਦੇ ਰਹੇ ਹੋ ਮੈਡੀਟੇਟ ਕਰਾ ਰਹੇ ਹੋ ਸੋ ਵਧੀਆ ਚੰਗਾ ਲੱਗਦਾ ਸੀ ਕਿ ਆਪਣੀ ਐਨਰਜੀ ਆਪਣੀ ਹੈਪੀਨੈਸ ਜੋਏ ਪੀਸ ਨੂੰ ਸ਼ੇਅਰ ਕਰਨਾ ਹੋਰਾਂ ਨਾਲ ਔਰ ਮੈਨੂੰ ਲੱਗਦਾ ਕਿ ਉਸ ਟੀਮ ਦਾ ਉਸ ਰਾਈਡ ਉਹਨਾਂ ਰਾਈਡਰਸ ਦਾ ਵੀ ਬਹੁਤ ਅੱਛਾ ਟਾਈਮ ਸੀ ਸਾਡੇ ਨਾਲ ਤੋ ਜਦੋਂ ਅਸੀਂ ਫਾਈਨਲੀ ਪਹੁੰਚਦੇ ਹਾਂ ਇੱਕ ਆਪਣੀ ਡੈਸਟੀਨੇਸ਼ਨ 'ਤੇ ਆਫਟਰ ਕਾਫੀ ਆਸ ਪਾਸ ਜਦੋਂ ਅਸੀਂ ਪਹੁੰਚਦੇ ਹਾਂ ਅਤੇ ਸਭ ਤੋਂ ਪਹਿਲਾਂ ਦੇਖਦੇ ਹਾਂ ਅਸੀਂ ਕਿ ਬਹੁਤ ਬਿਊਟੀਫੁਲ ਲੋਕੇਸ਼ਨ ਆਉਂਦੀ ਸਾਡੇ ਕੋਲ ਜਿਸ ਲੋਕੇਸ਼ਨ 'ਤੇ ਸਾਈਡ 'ਤੇ ਇੱਕ ਦਰਿਆ ਵਗ ਰਿਹਾ ਨਦੀ ਵਗ ਰਹੀ ਹੈ ਦਰਿਆ ਨਹੀਂ ਸੋਰੀ ਨਦੀ ਸੀ ਉਹ ਬਹੁਤ ਨਦੀ ਅੱਛੀ ਵਗ ਰਹੀ ਹੈ ਉੱਥੇ ਸਾਡੇ ਟੈਂਟ ਲੱਗੇ ਹੋਏ ਆ ਤੋ ਅਸੀਂ 2 ਦਿਨ ਉੱਥੇ ਸਟੇਅ ਕੀਤਾ ਉਸ ਟੈਂਟਸ ਦੇ ਵਿੱਚ ਨੇਚਰ ਨੂੰ ਇੰਜੋਏ ਕੀਤਾ ਫੋਨ ਸਾਡੇ ਬਿਲਕੁਲ ਬੰਦ ਸੀ ਜਿਹੜਾ ਸਭ ਤੋਂ ਵੱਡਾ ਰੀਜ਼ਨ ਸੀ ਔਰ ਵਧੀਆ ਰੀਜ਼ਨ ਸੀ ਕਿ ਅਸੀਂ ਕਿਸੇ ਨਾਲ ਗੱਲ ਨਹੀਂ ਸੀ ਕਰ ਪਾ ਰਹੇ ਔਰ ਜਸਟ ਲਿਵਿੰਗ ਐਂਡ ਇੰਜੋਇੰਗ ਨੇਚਰ ਔਰ ਰਾਤ ਨੂੰ ਸਾਨੂੰ ਫੂਡ ਮਿਲਦਾ ਫੂਡ ਅਸੀਂ ਜਦੋਂ ਪਹਾੜਾਂ 'ਚ ਬਣਾਇਆ ਹੁੰਦਾ ਉਹ ਖਾਂਦੇ ਹਾਂ ਅੱਛਾ ਲੱਗਦਾ ਔਰ ਲਕਲੀ ਸਾਡੇ ਕੋਲ ਉੱਥੇ ਡੀ ਜੇ ਸੀ ਉਹਨਾਂ ਨੇ ਅੱਛਾ ਪਲਾਨ ਕੀਤਾ ਸੀ ਹੋਲੀਡੇ ਪਲਾਨ ਅੱਛਾ ਕੀਤਾ ਸੀ ਤੋ ਅਸੀਂ ਖਾਣਾ ਖਾ ਕੇ ਡਿਨਰ ਤੋਂ ਬਾਅਦ ਆਪਣੇ ਅਸੀਂ ਖੂਬ ਡਾਂਸ ਵੀ ਕੀਤਾ ਔਰ ਸਾਰੇ ਰਾਈਡਰਸ ਭਰਾ ਸਾਰੇ ਨਾਲ ਸੀ ਔਰ ਹਰ ਬੰਦਾ ਖੁਸ਼ ਸੀ ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਸ ਰਾਈਡਿੰਗ ਟੀਮ ਦੇ ਵਿੱਚ ਇਹ ਨਹੀਂ ਸੀ ਯੰਗ ਸੀ ਕੁਝ ਬੰਦੇ ਇੱਦਾਂ ਦੇ ਸੀ ਜਿਹੜੇ ਮਤਲਬ ਕਿ 40-45 ਈਅਰਸ ਓਲਡ ਹੈਗੇ ਐਂਡ ਉਹ ਵੀ ਇਸ ਚੀਜ਼ ਨੂੰ ਬੜਾ ਮਜ਼ੇ ਨਾਲ ਕਰ ਰਿਹਾ ਸੀ ਕਿ ਯਾਰ ਅਸੀਂ ਕੁਝ ਨਵਾਂ ਕਰ ਰਹੇ ਹਾਂ ਲਾਈਫ ਦੇ ਵਿੱਚ ਉਹਨਾਂ ਨੂੰ ਰਾਈਡਿੰਗ ਕਰਨ ਦਾ ਇੱਕ ਸ਼ੌਂਕ ਸੀ ਸੋ ਆਈ ਐਮ ਰੋਡੀ ਸੋ ਦੈਟਸ ਵਾਈ ਆਈ ਰਾਈਡ ਮੈਨੂੰ ਲੱਗਦਾ ਕਿ ਮੈਂ ਰਾਈਡ ਕਰਨੀ ਪਸੰਦ ਕਰਦਾ ਤਾਂ ਹੀ ਮੈਂ ਰੋਡੀ ਹਾਂ ਅਤੇ ਇਟ ਵਾਸ ਗ੍ਰੇਟ ਐਕਸਪੀਰੀਅੰਸ